ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਤੁਹਾਨੂੰ ਜਿਵੇਂ ਪਹਿਲਾਂ ਵੀ ਆਪਾਂ ਚਲੰਤ ਮਾਮਲਿਆਂ ਬਾਰੇ, ਭਖਦੇ ਮਸਲਿਆਂ ਬਾਰੇ ਅਕਸਰ ਜਾਣੂ ਕਰਾਉਂਦੇ ਰਹਿੰਦੇ, ਅੱਜ ਉਹ ਮੁਸ਼ਕਲਾਂ, ਸਮੱਸਿਆਵਾਂ, ਚੁਣੌਤੀਆਂ ਅਤੇ ਪਰੇਸ਼ਾਨੀਆਂ ਜਿਹੜੀਆਂ ਦਰਪੇਸ਼ ਨੇ ਹਰ ਮਨੁੱਖ ਨੂੰ, ਹਰ ਨਾਗਰਿਕ ਨੂੰ, ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਹਰ ਚੋਣਾਂ ਵੇਲੇ ਆਉਂਦੇ ਨੇ ਸਾਨੂੰ ਵੱਡੇ ਵੱਡੇ ਲਾਲੀਪੋਪ, ਸਬਜ਼ਬਾਗ, ਦਾਅਵੇ ਅਤੇ ਵਾਅਦੇ ਕਰਕੇ ਚਲੇ ਜਾਂਦੇ ਨੇ, ਅਸੀਂ ਹੱਥ ਮਲਦੇ ਰਹਿ ਜਾਂਦੇ ਹਾਂ। ਇੱਕ ਵਾਤਾਵਰਨ ਨਾਲ ਸੰਬੰਧਿਤ ਬਹੁਤ ਹੀ ਜ਼ਰੂਰੀ ਮੁੱਦਾ ਉਹ ਵਿਚਾਰਿਆ ਗਿਆ। ਤੁਸੀਂ ਹੈਰਾਨ ਹੋ ਜਾਓਗੇ ਕਿ ਰਾਮਗੜੀਆ ਗਰਲਜ ਕਾਲਜ ਲੁਧਿਆਣਾ ਵਿਖੇ ਵਾਤਾਵਰਨ ਸੰਮੇਲਨ ਹੋਇਆ, ਉਹਦੇ ਵਿੱਚ ਇੱਕ ਮਹਾਨ ਹਸਤੀਆਂ ਸੰਤ ਬਲਵੀਰ ਸਿੰਘ ਜੀ ਸੀਚੇਵਾਲ, ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਡਾਕਟਰ ਇੰਦਰਜੀਤ ਕੌਰ ਜੀ ਪਿੰਗਲਵਾੜੇ ਤੋਂ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ, ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ, ਡਾਕਟਰ ਕਾਨ ਸਿੰਘ ਪੰਨੂ ਸਾਬਕਾ IAS, ਅਮਿਤੋਜ ਮਾਨ ਫਿਲਮੀ ਡਾਇਰੈਕਟਰ, ਹਮੀਰ ਸਿੰਘ ਅਤੇ ਦੀਪਕ ਸ਼ਰਮਾ ਚਨਾਰਥਲ ਸੀਨੀਅਰ ਪੱਤਰਕਾਰ, ਕਿਹਦਾ ਕਿਹਦਾ ਨਾਂ ਲਵਾਂ, ਉਹ ਚਿੰਤਕ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਪਾਉਣਗੀਆਂ ਜੇ ਅੱਜ ਅਸੀਂ ਚੁੱਪ ਰਹੇ। ਉਹਨਾਂ ਨੇ ਵਾਤਾਵਰਨ ਨੂੰ ਚੋਣ ਏਜੰਡੇ 'ਚ ਸ਼ਾਮਿਲ ਕਰ ਲਈ, ਹਰ ਇੱਕ ਪਾਰਟੀ ਦੇ ਮੁਖੀ ਨੂੰ ਬਕਾਇਦਾ ਈਮੇਲ ਭੇਜੀ, ਬਕਾਇਦਾ ਪ੍ਰੈਸ ਨੋਟ ਭੇਜੇ, ਬਕਾਇਦਾ ਇਨਵੀਟੇਸ਼ਨ ਭੇਜੇ ਅਤੇ ਬਕਾਇਦਾ ਫੋਨ ਕੀਤਾ ਹਰ ਪਾਰਟੀ ਦੇ ਮੁਖੀ ਨੂੰ। ਉਹਨਾਂ ਨੇ ਆਪ ਤਾਂ ਕੀ ਆਉਣਾ ਸੀ, ਆਪਣੇ ਨੁਮਾਇੰਦੇ ਵੀ ਨਾ ਭੇਜੇ। ਪਤਾ ਲੱਗਿਆ, ਮੈਂ ਖੁਦ ਉੱਥੇ ਹਾਜ਼ਰ ਸੀ ਉਸ ਜਗ੍ਹਾ 'ਤੇ, ਹਰੀਸ਼ ਰਾਏ ਢਾਂਡਾ ਜੋ ਸਾਬਕਾ ਅਕਾਲੀ ਵਿਧਾਇਕ ਨੇ, ਪ੍ਰਵੀਨ ਬਾਂਸਲ ਜੋ BJP ਦੇ ਆਗੂ ਨੇ, ਅਤੇ ਕੁਲਤਾਰ ਸਿੰਘ ਸੰਧਵਾਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਇਹ ਗਏ ਨੇ। ਕੁਲਤਾਰ ਸਿੰਘ ਸੰਧਵਾਂ ਤਾਂ ਬਹੁਤ ਦੇਰੀ ਨਾਲ ਪਹੁੰਚੇ, ਪਰ ਉਹ ਦੋ ਜਿਹੜੇ ਆਗੂ ਸੀ ਉਹ ਕਹਿੰਦੇ ਜਿਹੜਾ ਕਾਲਜ ਵਾਲਾ ਸੀ ਉਹਦੇ ਨਾਲ ਰਿਲੇਸ਼ਨ ਸੀ ਰਣਜੋਤ ਸਿੰਘ ਜੀ ਨਾਲ, ਉਹਨਾਂ ਦੇ ਇਨਵੀਟੇਸ਼ਨ 'ਤੇ ਆਏ ਸੀ, ਨਹੀਂ ਤਾਂ ਉਹਨਾਂ ਨੂੰ ਕੋਈ ਇਸ ਚੀਜ਼ ਦੀ ਚਿੰਤਾ ਨਹੀਂ। ਮੇਰੇ ਵੀਰੋ, ਗੁਰਪ੍ਰੀਤ ਸਿੰਘ ਚੰਦਬਾਜਾ ਜੋ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਦੇ ਸੰਸਥਾਪਕ ਨੇ ਅਤੇ ਕਨਵੀਨਰ ਨੇ ਨਰੋਆ ਪੰਜਾਬ ਮੰਚ ਦੇ, ਉਹ ਪਿਛਲੇ ਲੰਮੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਦਰਿਆਵਾਂ ਦੇ ਵਿੱਚ ਸੀਵਰੇਜ ਰਲਿਆ ਪਾਣੀ ਫੈਕਟਰੀਆਂ ਦਾ ਮੁਸ਼ਕ ਮਾਰਦਾ, ਕੈਮੀਕਲ ਯੁਕਤ ਜ਼ਹਿਰੀਲਾ ਪਾਣੀ ਸੁੱਟਿਆ ਜਾ ਰਿਹਾ ਦਰਿਆਵਾਂ ਦੇ ਵਿੱਚ, ਉਹ ਟੂਟੀਆਂ ਰਾਹੀਂ ਸਾਡੇ ਘਰਾਂ 'ਚ ਆ ਰਿਹਾ। ਇਸ ਚੀਜ਼ ਬਾਰੇ ਉਹਨਾਂ ਨੂੰ ਅਸੀਂ ਸਿਰਫ ਰਣਨੀਤੀ ਪੁੱਛਣੀ ਸੀ, ਪਰ ਕੋਈ ਵੀ ਨਹੀਂ ਆਇਆ। ਉਹਨਾਂ ਚਿੰਤਕਾਂ ਨੇ ਉਹ ਚਿੰਤਾ ਜ਼ਾਹਰ ਕੀਤੀ ਕਿ 20 ਸਾਲ ਪਿੱਛੇ ਚਲੇ ਜਾਓ, ਲੱਖ ਮਗਰ 2-4% ਲੂਲੇ ਲੰਗੜੇ, ਅਪਾਹਜ, ਮੰਦਬੁੱਧੀ ਜਾਂ ਨਪੁੰਸਕ ਬੱਚੇ ਪੈਦਾ ਹੁੰਦੇ ਸੀ, ਉਦੋਂ ਚਰਚਾ ਚੱਲਦੀ ਸੀ, ਇੰਨੀਆਂ ਬਿਮਾਰੀਆਂ ਨਹੀਂ ਹੁੰਦੀਆਂ ਸੀਗੀਆਂ। 10 ਸਾਲ ਪਿੱਛੇ ਚਲੇ ਜਾਓ, ਉਹ ਤਾਦਾਦ, ਉਹ ਰੇਸ਼ੋ ਲੱਖ ਦੀ ਜਗ੍ਹਾ 1000 ਤੇ ਆ ਗਈ। ਅੱਜ 100 ਮਗਰ 2-4% ਬੱਚੇ ਲੂਲੇ ਲੰਗੜੇ ਪੈਦਾ ਹੋ ਰਹੇ ਨੇ, ਅਪੰਗ ਅਪਾਹਜ ਪੈਦਾ ਹੋ ਰਹੇ ਨੇ, ਹੈਂਡੀਕੈਪਟ ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ, ਨਪੁੰਸਕ ਪੈਦਾ ਹੋ ਰਹੇ ਨੇ। ਸਾਨੂੰ ਚਿੰਤਾ ਹੀ ਕੋਈ ਨਹੀਂ। ਅੱਜ ਸਾਡੀਆਂ ਟੂਟੀਆਂ ਦੇ ਵਿੱਚ ਸੀਵਰੇਜ ਰਲਿਆ ਮੁਸ਼ਕ ਮਾਰਦਾ ਪਾਣੀ ਸਪਲਾਈ ਹੋ ਰਿਹਾ। ਸਕੂਲ ਕਾਲਜ ਜਾਣ ਵਾਲੇ ਸਾਡੇ ਬੱਚੇ ਗੰਦੇ ਪਾਣੀ 'ਚੋਂ ਲੰਘ ਕੇ ਜਾਂਦੇ ਨੇ, ਅੱਜ ਤੱਕ ਪਾਣੀ ਨਿਕਾਸੀ ਦੀ ਸਮੱਸਿਆ ਹੱਲ ਨਹੀਂ ਹੋਈ। ਸੀਵਰੇਜ ਦਾ ਪਾਣੀ ਬਿਨਾਂ ਬਾਰਿਸ਼ ਤੋਂ ਸੜਕਾਂ 'ਤੇ ਫਿਰਦਾ। ਇਸ ਮੁੱਦੇ ਬਾਰੇ ਸਾਰੇ ਜੁੜੇ ਸੀਗੇ ਉੱਥੇ, ਬਹੁਤ ਵਧੀਆ ਵਿਚਾਰਾਂ ਹੋਈਆਂ, ਪਰ ਸਾਰੇ ਇਸ ਗੱਲ ਤੋਂ ਹੈਰਾਨ ਕਿ ਸਿਆਸੀ ਪਾਰਟੀਆਂ ਆਪਦੇ ਏਜੰਡੇ ਬਣਾਉਣ ਲਈ ਜਾਂ ਕਿਹੜੇ ਰੁੱਸੇ ਨੂੰ ਮਨਾਉਣਾ ਅਤੇ ਕਿਹੜੇ ਦੂਜੇ ਪਾਰਟੀ ਨੂੰ ਆਪਦੇ ਵਾਲੇ ਪਾਸੇ ਲਿਆਉਣਾ, ਉਹ ਤਾਂ ਇਹਨਾਂ ਕੋਲ ਹੈਗੇ ਆਪਦੇ ਵਰਕਰਾਂ ਦੀਆਂ ਡਿਊਟੀਆਂ ਲਾਉਣ ਲਈ, ਪਰ ਇਸ ਜਿਹੜਾ ਸੰਵੇਦਨਸ਼ੀਲ ਮੁੱਦਾ, ਇਹਦੇ ਬਾਰੇ ਕਿਸੇ ਨੇ ਸਮਾਂ ਨਹੀਂ ਕੱਢਿਆ। ਬਹੁਤ ਸਾਰੀਆਂ ਅਖਬਾਰਾਂ ਦੇ ਵਿੱਚ ਲਿਖਿਆ ਜਾ ਚੁੱਕਾ, ਬਹੁਤ ਸਾਰੇ ਚਿੰਤਕਾਂ ਨੇ ਉੱਥੋਂ ਬੋਲਿਆ, ਪਰ ਉਹਦੀ ਚਰਚਾ ਕਿੰਨੀ ਕੁ ਹੈ? ਉਹਦੀ ਚਰਚਾ ਇਸ TV ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰਿਆਂ ਦੱਸਣਾ ਚਾਹੁੰਦਾ। ਤੁਹਾਡੇ ਕੋਲ ਵੋਟਾਂ ਮੰਗਣ ਲਈ ਆਉਣ ਤਾਂ ਤੁਸੀਂ ਕਹੋ, ਆਹ ਪਾਣੀ ਤੁਸੀਂ ਸਾਨੂੰ ਸਪਲਾਈ ਕਰ ਦਿਓ, ਅਸੀਂ ਪੀਂਦੇ ਆ ਰਹੇ ਹਾਂ ਦੇਸ਼ ਦੀ ਆਜ਼ਾਦੀ ਦੇ 74 ਸਾਲਾਂ ਬਾਅਦ। ਆਹ ਲਓ ਪਾਣੀ ਦਾ ਇੱਕ ਘੁੱਟ ਭਰ ਕੇ ਤਾਂ ਦੇਖੋ, ਅੱਜ ਕਾਲਾ ਪੀ ਲਿਆ। ਕੈਂਸਰ, ਮਲੇਰੀਆ, ਟਾਈਫਾਇਡ, ਡੇਂਗੂ ਵਰਗੀਆਂ ਬਿਮਾਰੀਆਂ ਕੁਦਰਤੀ ਆਫਤ ਨਹੀਂ, ਇਹ ਲੋਕ ਸਾਨੂੰ ਸਾਫ਼ ਪਾਣੀ ਨਹੀਂ ਮੁਹੱਈਆ ਕਰਾ ਰਹੇ, ਉਹਦੇ ਕਰਕੇ ਪੈਰ ਪਸਾ ਰਹੀਆਂ ਨੇ। ਅਸੀਂ ਕਿੰਨਾ ਚਿਰ, ਕਿਹੜਾ ਘਰ ਦੱਸ ਦਿਓ ਜਿਹਦੇ ਘਰੇ ਡੱਬਾ ਨਹੀਂ ਲੱਗਾ? ਆਹ ਸਵੇਰੇ ਖਾਲੀ ਪੇਟ ਲੈਣੀ ਹੈ ਗੋਲੀ ਜਾਂ ਕੈਪਸੂਲ, ਆਹ ਨਾਸ਼ਤੇ ਤੋਂ ਬਾਅਦ, ਇਹ ਲੰਚ ਤੋਂ ਪਹਿਲਾਂ, ਇਹ ਲੰਚ ਤੋਂ ਬਾਅਦ, ਇਹ ਡਿਨਰ ਤੋਂ ਪਹਿਲਾਂ, ਇਹ ਰਾਤੀ ਸੌਣ ਲੱਗੇ। ਕਿਉਂ ਕਿਉਂ ਬਿਮਾਰੀਆਂ?
ਇਸ ਲਈ ਇਹ ਜਿਹੜਾ ਸੰਵੇਦਨਸ਼ੀਲ ਮੁੱਦਾ ਇਹਦੇ ਬਾਰੇ ਤੁਸੀਂ ਜ਼ਰੂਰ ਚਰਚਾ ਕਰਨੀ ਹੈ ਜਿਹੜੇ ਜਿੱਥੋਂ ਜਿੱਥੋਂ ਤੱਕ ਮੇਰੀ ਆਵਾਜ਼ ਜਾਂਦੀ ਹੈ ਸਾਡੇ ਚੈਨਲ ਰਾਹੀਂ ਤੁਸੀਂ ਦੱਸਣਾ ਬਈ ਇਹ ਲੋਕ ਕਿਉਂ ਕਿਉਂ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਪਾ ਰਹੇ ਨੇ ਕਿਉਂ ਸਾਡੀਆਂ ਟੂਟੀਆਂ ਦੇ ਵਿੱਚ ਸੀਵਰੇਜ ਰਲਿਆ ਮੁਸ਼ਕ ਮਾਰਦਾ ਪਾਣੀ ਆ ਰਿਹਾ ਕਿਉਂ ਦੇਸ਼ ਦੀ ਆਜ਼ਾਦੀ ਦੇ 74 ਸਾਲਾਂ ਬਾਅਦ ਅਸੀਂ ਆਪਣੇ ਬੁਨਿਆਦੀ ਹੱਕਾਂ ਤੋਂ ਬੁਨਿਆਦੀ ਸਹੂਲਤਾਂ ਤੋਂ ਬੁਨਿਆਦੀ ਸੁਵਿਧਾਵਾਂ ਤੋਂ ਅਤੇ ਮੁੱਢਲੇ ਅਧਿਕਾਰਾਂ ਤੋਂ ਕਿਉਂ ਵਾਂਝੇ ਹੈ ਇਹ ਤੁਸੀਂ ਵੱਧ ਤੋਂ ਵੱਧ ਟਿੱਪਣੀਆਂ ਕਰਕੇ ਦੱਸਣਾ ਅਤੇ ਜਿਹੜੇ ਤੁਹਾਡੇ ਕੋਲ ਵੋਟਾਂ ਮੰਗਣ ਆਉਣਗੇ ਤੁਸੀਂ ਉਹਨਾਂ ਨੂੰ ਜ਼ਰੂਰ ਕਹਿਣਾ ਕਿ ਤੁਸੀਂ ਹੁਣ ਤੱਕ ਕੀ ਕੀਤਾ ਅਤੇ ਆਉਣ ਵਾਲਾ ਵਾਤਾਵਰਨ ਨਾਲ ਸੰਬੰਧਿਤ ਤੁਹਾਡੀ ਰਣਨੀਤੀ ਦਾ ਜਿਹੜਾ ਹਿੱਸਾ ਉਹਦੇ ਤੋਂ ਜਾਣੂ ਕਰਾਓ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਪ੍ਰਤੀਕਰਮ ਕਰਨਾ ਨਾ ਭੁੱਲਣਾ ਫਿਰ ਮਿਲਦੇ ਹਾਂ ਕਿਸੇ ਹੋਰ ਚਲਾਂਤ ਮਾਮਲਿਆਂ ਨਾਲ ਪੱਖ ਦੇ ਮਸਲਿਆਂ ਨਾਲ ਦਿਓ ਜਾਂਚ ਸਤਿ ਸ਼੍ਰੀ ਅਕਾਲ ਜੀ